ਮੁਕਤਸਰ ਸਾਹਿਬ ਵਿਚ SCBC ਦੇ ਮੈਂਬਰਾਂ ਨੇ ਦਲਿਤ ਸੰਜਲੀ ਦੇ ਨਾਲ ਜਬਰ ਜ਼ੁਲਮ ਅਤੇ ਅਤਿਆਚਾਰ ਦੇ ਵਿਰੋਧ ਵਿਚ ਰੋਸ ਮਾਰਚ ਕੱਢਿਆ, ਜਿਸ ਵਿਚ SCBC ਦੇ ਮੈਂਬਰਾਂ ਨੇ UP ਦੇ ਪ੍ਰਧਾਨ ਯੋਗੀ ਆਦਿੱਤਿਆ ਨਾਥ ਦਾ ਪੁਤਲਾ ਸਾੜਿਆ ਅਤੇ ਸ਼ਹਿਰ ਵਿਚ ਰੋਡ ਜਾਮ ਕਰ ਦਿੱਤਾ। ਉੱਥੇ ਸ੍ਰੀ ਮੁਕਤਸਰ ਸਾਹਿਬ ਦੇ ਮੈਂਬਰਾਂ ਨੇ ਤਹਿਸੀਲਦਾਰ ਨੂੰ ਇਕ ਮੰਗ ਪੱਤਰ ਸੌਂਪਿਆ। ਮੇਰੀ ਅਜਿਹੀ ਡਿਊਟੀ ਬਣਦੀ ਹੈ ਕਿ ਮੈਂ ਇਹਨਾਂ ਦਾ ਆਵਾਜ਼ ਜਿਹੜੀ ਹੈ ਮਾਨ ਚੌਕ ਡਿਊਟੀ ਵਜੋਂ ਪਠਾਵਾਂ ਅਤੇ ਉਹਨਾਂ ਵੱਲੋਂ ਇਹਨਾਂ ਦੀ ਆਵਾਜ਼ ਜਿਹੜੀ ਰਾਸ਼ਟਰਪਤੀ ਸਾਹਿਬ ਨੂੰ ਧਰਮਪਾਲ ਧਾਮੀ ਕੀ ਕਹਿਣਾ ਚਾਹੋਗੇ ਜਿਹੜਾ ਤੁਸੀਂ ਅੱਜ ਰੋਸ ਰੈਲੀ ਕੱਢੀ ਹੈ? ਵੀ ਸਰ, ਅਸੀਂ ਮੈਂ ਜ਼ਿਲ੍ਹਾ ਮੁਕਤਸਰ ਦਾ ਪ੍ਰਧਾਨ PMR ਵੱਲੋਂ ਇੱਥੇ ਪਹੁੰਚਾ। ਚੰਦਰ ਸ਼ੇਖਰ ਵੀਰ ਜੀ ਨੇ ਮੇਰੀ ਸਪੈਸ਼ਲ ਡਿਊਟੀ ਲਾਈ ਸੀ, ਜੋ ਸਾਡੇ PMR ਦੇ ਚੀਫ ਨੇ। ਸਾਡੀ ਬੱਚੀ ਜੋ ਸੰਜਲਾ ਜਿੰਦਾ ਜਲਾ ਕੇ ਮਾਰਤੀ ਆਗਰੇ ਦੇ ਵਿੱਚ, ਉਸ ਬੱਚੀ ਨੂੰ ਇਨਸਾਫ ਦਿਵਾਉਣ ਲਈ ਅਸੀਂ ਇੱਥੇ ਪਹੁੰਚੇ ਹਾਂ। ਸ਼ੋਭਿੰਦਰ ਜੀ ਨਾਲ ਸਰ ਮੈਸੇਜ ਆ ਸੀ ਕਿ ਅਸੀਂ ਜ਼ਿਲ੍ਹਾ ਮੁਕਤਸਰ ਦੇ ਪ੍ਰੋਟੈਸਟ ਕਰ ਰਹੇ ਹਾਂ। ਅੱਜ ਆਗਰਾ ਦੇ ਵਿੱਚ ਬਹੁਤ ਵੱਡਾ ਪ੍ਰੋਟੈਸਟ ਆ ਜ਼ਿਲ੍ਹਿਆਂ 'ਚ, ਜੋ ਸਾਡੇ ਸਮਾਜ ਦੇ ਲੋਕ ਕਰ ਰਹੇ ਆ। ਅਸੀਂ ਮੰਗ ਕਰਦੇ ਹਾਂ ਜੋ ਆਪਣੇ ਭਾਰਤ ਦੇ ਪ੍ਰਧਾਨ ਮੰਤਰੀ ਤੋਂ ਕਿ ਯੋਗੀ ਸਰਕਾਰ ਨੂੰ ਤੁਰੰਤ ਭੰਗ ਕੀਤਾ ਜਾਵੇ, ਕਿਉਂਕਿ ਉੱਥੇ UP ਦੇ ਵਿੱਚ ਬਹੁਤ ਜ਼ਿਆਦਾ ਅਨਿਆਂ ਵੱਧ ਚੁੱਕਿਆ। ਦਲਿਤਾਂ ਦੇ ਉੱਪਰ ਬੱਚਿਆਂ ਦਾ ਬਲਾਤਕਾਰ, ਉਹਨਾਂ ਨੂੰ ਜਿੰਦਾ ਸਾੜਿਆ ਜਾ ਰਿਹਾ। ਤਾਂ ਮੈਂ ਅਸੀਂ ਪੂਰ ਜ਼ੋਰ 'ਚ ਨਿਖੇਧੀ ਕਰਦੇ ਹਾਂ PMR ਪੰਜਾਬ ਵੱਲੋਂ ਕਿ ਉਹ UP ਸਰਕਾਰ ਨੂੰ ਬਰਖਾਸਤ ਕੀਤਾ। ਇਹ ਅੰਦੋਲਨ ਕਦ ਤੱਕ ਜਾਰੀ ਰਹੂਗਾ? ਇਹ ਸਰ ਜਦੋਂ ਤੱਕ ਬੱਚੇ ਨੂੰ ਇਨਸਾਫ਼ ਨਹੀਂ ਮਿਲਦਾ। ਅੱਜ ਤਾਂ ਅਸੀਂ ਆਗਰੇ ਦੇ ਵਿੱਚ ਪੂਰਾ ਜਾਮ ਲਾਇਆ PMR ਨੇ, ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਦੋ ਪ੍ਰਾਇਰੋਂ ਨੂੰ ਪੂਰਾ ਭਾਰਤ ਵੀ ਜਾਮ ਕਰ ਸਕਦੇ ਹਾਂ ਜੇਕਰ ਬੱਚੇ ਨੂੰ ਇਨਸਾਫ਼ ਨਹੀਂ ਮਿਲਦਾ। ਇਹ ਤੋਂ ਬਾਅਦ ਤੁਹਾਡਾ ਕੋਈ ਅਗਲਾ ਪ੍ਰੋਗਰਾਮ ਹੈ ਮੁਕਤਸਰ 'ਚ? ਹਾਂਜੀ ਸਰ, ਜਿਸ ਤਰ੍ਹਾਂ PMR ਵੱਲੋਂ ਉੱਪਰੋਂ ਦੇਸ਼ ਆਊਗਾ, ਅਸੀਂ ਉਸ ਤਰ੍ਹਾਂ ਹੀ ਅਸੀਂ ਆਪਣੇ ਸਮਸਤ ਜਿਹੜੇ SCBC ਸਮਾਜ ਆ ਉਹਨੂੰ ਲੈ ਕੇ ਅਸੀਂ ਉਸ ਤਰ੍ਹਾਂ ਦਾ ਰੋਸ ਪ੍ਰਦਰਸ਼ਨ ਕਰਾਂਗੇ, ਜਾਮ ਵੀ ਲਾ ਸਕਦੇ ਹਾਂ।